ਪੰਜਾਬ ਦੇ ਵਿੱਚੋਂ ਨਸ਼ੇ ਦੇ ਉੱਪਰ ਲਗਾਮ ਲਗਾਉਣ ਦੇ ਲਈ ਲਗਾਤਾਰ ਪੰਜਾਬ ਸਰਕਾਰ ਕਈ ਉਪਰਾਲੇ ਕਰ ਰਹੀ ਹੈ, ਤਾਂ STF ਨੂੰ ਚੇਂਜ ਕਰ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਗਠਨ ਕੀਤਾ ਗਿਆ, ਜਿਸ ਦੇ ਵਿੱਚ ਕਈ ਸੁੱਖ ਸੁਵਿਧਾਵਾਂ ਨੇ। ਕਿਸ ਤਰੀਕੇ ਨਸ਼ੇ ਨੂੰ ਲੈ ਕੇ ਲੋਕ ਜਿਹੜੀ ਹੈ ਜਾਣਕਾਰੀ ਸਾਂਝੀ ਕਰ ਸਕਦੇ ਨੇ ਫੋਰਸ ਦੇ ਨਾਲ, ਉਸ ਦੇ ਲਈ ਇੱਕ ਵਟਸਐਪ ਨੰਬਰ ਵੀ ਜਿਹੜਾ ਹੈ ਜਾਰੀ ਕੀਤਾ ਗਿਆ। ਤਾਂ ਸਾਡੇ ਨਾਲ HP ਸਿੰਘ ਜੀ ਹੈ। ਸਰ, ਕਿਸ ਤਰੀਕੇ ਦੀ ਕੰਮ ਕਰੇਗੀ ਐਂਟੀ ਨਾਰਕੋਟਿਕਸ ਜਿਹੜੀ ਟਾਸਕ ਫੋਰਸ ਦਾ ਅੱਜ ਗਠਨ ਕੀਤਾ ਗਿਆ? ਦੇਖੋ ਜੀ, ਐਂਟੀ ਨਾਰਕ ਫੋਰਸ ਦਾ ਇਹ ਪੁਲਿਸ ਸਟੇਸ਼ਨ ਹੈ, ਸਾਰੇ ਪੰਜਾਬ ਦਾ ਆਪਣੇ ਆਪ 'ਚ ਇੱਕੋ ਇੱਕ ਪੁਲਿਸ ਸਟੇਸ਼ਨ ਹੈਗਾ। ਇਹਦੇ ਮਾਣਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ, ਸਾਡੇ DG ਸਾਹਿਬ ਸ਼੍ਰੀ ਗੌਰਵ ਯਾਦਵ ਜੀ, ਸਪੈਸ਼ਲ DG ਸਾਹਿਬ ਸ਼੍ਰੀ ਕੁਲਦੀਪ ਸਿੰਘ ਜੀ, ADG ਸਾਹਿਬ ਸ਼੍ਰੀ ਨਿਲਵ ਕਿਸ਼ੋਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਸੀਂ ਇਹ ਕੰਮ ਇੱਥੇ, ਜੋ ਉਹਨਾਂ ਦੀ ਗਾਈਡਲਾਈਨ ਤਹਿਤ ਇਹ ਕੰਮ ਕਰਾਂਗੇ। ਅਤੇ ਇੱਕ ਤੁਸੀਂ ਦੇਖਿਆ ਹੋਣਾ, ਚੈਟਬੋਟ ਵੀ ਲਾਂਚ ਹੋਇਆ, ਉੱਥੇ ਇਨਫੋਰਮੇਸ਼ਨ ਆਏਗੀ। ਪਹਿਲਾਂ ਆਮ ਪਬਲਿਕ ਨੂੰ ਪਤਾ ਨਹੀਂ ਲੱਗਦਾ ਸੀ ਅਸੀਂ ਇਨਫੋਰਮੇਸ਼ਨ ਕਿੱਥੇ ਦੇਣੀ ਹੈ, ਹੁਣ ਇਨਫੋਰਮੇਸ਼ਨ ਉੱਥੋਂ ਆਏਗੀ। ਉਹ ਜੇ ਕੰਸਰਨਡ ਇਨਫੋਰਮੇਸ਼ਨ ਜਿਹੜੀ ਕੰਸਰਨਡ ਆਫਿਸਰ ਤੱਕ ਜਾਏਗੀ, ਅਤੇ ਉਹ ਬਹੁਤ ਜਲਦੀ ਤੋਂ ਜਲਦੀ ਜਿਹੜੀ ਕਾਰਵਾਈ ਬਣਦੀ ਉਹ ਕਰੇਗਾ। ਕਿਸ ਤਰੀਕੇ ਦੀ ਕਾਰਵਾਈ ਹੋਏਗੀ, ਜਿਵੇਂ ਹੁਣ ਕੋਈ ਬੰਦਾ ਅਗਰ ਨਸ਼ੇ ਦੇ ਖਿਲਾਫ ਜਾਣਕਾਰੀ ਦਿੰਦਾ, ਸਪੋਜ਼ ਇੱਕ ਹੈਲਪਲਾਈਨ ਨੰਬਰ ਦੇ ਉੱਤੇ ਜਿਹੜਾ ਵਟਸਐਪ ਦੇ ਰਾਹੀਂ ਜਾਣਕਾਰੀ ਦਿੰਦਾ, ਤਾਂ ਉਸਦੀ ਪਹਿਚਾਣ ਸੁਰੱਖਿਆ ਰੱਖੀ ਜਾਏਗੀ, ਉਸ ਦੇ ਨਾਲ ਨਾਲ ਅੱਗੇ ਕਿਸ ਦੇ ਕੁਛ ਫੋਲੋ ਹੋਏਗੀ, ਕਿਸ ਤਰੀਕੇ ਹੈਲਪਲਾਈਨ ਜਾਏਗੀ, ਕਿਸ ਤਰੀਕੇ ਜਿਹੜਾ ਨਸ਼ਾ ਛੱਡਣ ਨੂੰ ਉਤਾਵਲਾ ਜਾ, ਉਸ ਨੂੰ ਕਿਸ ਤਰੀਕੇ ਦੀ ਜਿਹੜੀ ਮੁਹੱਈਆ ਕਰਾਏਗੀ ਸਿਹਤ ਸੁਵਿਧਾ? ਦੇਖੋ ਜੀ, ਜੋ ਇਨਫੋਰਮੇਸ਼ਨ ਜਿਹੜੀ ਆਏਗੀ, ਉਸ ਇਨਫੋਰਮੇਸ਼ਨ ਨੂੰ ਵੈਰੀਫਾਈ ਕਰਕੇ ਜਿਹੜੀ ਕਾਰਵਾਈ ਬਣਦੀ ਹੈ, ਉਹ ਡਰੱਗ ਪੈਡਲਰ ਹੈ ਜਾਂ ਕੋਈ ਜਿਹੜਾ ਡਰੱਗ ਯੂਜ਼ ਕਰਦਾ ਹੈ ਉਹ ਬਿਮਾਰ ਹੈ, ਅਤੇ ਉਹਦੀ ਵੀ ਹੈਲਪ ਕੀਤੀ ਜਾਊਗੀ, ਉਹਨੂੰ ਦਾਖਲ ਕਰਵਾਇਆ ਜਾਏਗਾ। ਅਤੇ ਜਿਹੜਾ ਡਰੱਗ ਵੇਚਦਾ ਹੈ ਉਹਦੇ ਖਿਲਾਫ਼ ਬਣਦੀ, ਜੋ NDPS ਦੇ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਸਾਡੇ ਕੋਲ ਜਿਹੜੀਆਂ ਇਹਦੇ ਇਨਵੈਸਟੀਗੇਸ਼ਨ ਟੀਮਾਂ ਹੈਗੀਆਂ, ਬੜੀਆਂ ਐਕਸਪਰਟ ਟੀਮਾਂ, ਸਪੈਸ਼ਲਾਈਜੇਸ਼ਨ ਹੈ ਉਹਦੇ 'ਚ ਉਹਨਾਂ ਦੀ, ਅਤੇ NDPS 'ਤੇ ਡੀਲ ਕਰਨਾ ਹੈ। ਲਾਅ ਆਫੀਸਰ ਸਾਨੂੰ ਦਿੱਤੇ ਗਏ ਆ ਜਿਹੜੀ ਸਾਡੀ ਹੈਲਪ ਕਰਨਗੇ ਨਾਲ। ਅਤੇ ਜਿਹੜਾ ਨੰਬਰ ਸਾਨੂੰ ਇੱਕ ਚੈਟਬੋਟ 'ਤੇ ਨੰਬਰ ਹੈ 9779100200, ਉੱਥੇ ਜਿਹੜੀ ਇਨਫੋਰਮੇਸ਼ਨ ਆਏਗੀ ਉਹ ਗੁਪਤ ਰੱਖੀ ਜਾਏਗੀ, ਅਤੇ ਜਿਹੜੀ ਇਨਫੋਰਮੇਸ਼ਨ ਉਹ ਦੇਗਾ ਉਸ ਇਨਫੋਰਮੇਸ਼ਨ ਦੇ ਆਧਾਰ 'ਤੇ ਜਿਹੜੀ ਕਾਰਵਾਈ ਕੀਤੀ ਜਾਊਗੀ। ਔਰ ਇਨਫੋਰਮੇਸ਼ਨ ਦੇਣ ਵਾਲੇ ਨੂੰ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹਨੂੰ ਦੱਸਿਆ ਜਾਵੇ ਵੀ ਤੇਰੀ ਇਨਫੋਰਮੇਸ਼ਨ 'ਤੇ ਕੀ ਬਣਿਆ। ਅਤੇ ਇੱਕ ਹੋਰ ਗੱਲ, ਜੇ ਪੂਰੀ ਬਿਲਡਿੰਗ ਦੀ ਗੱਲ ਕੀਤੀ ਜਾਵੇ ਤਾਂ ਪੂਰੀ ਬਿਲਡਿੰਗ ਦੇ ਵਿੱਚ ਕਿੰਨੇ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਨੇ, ਕਿਸ ਕਿਸ ਤਰ੍ਹਾਂ ਦੀ ਜਿਹੜੇ ਮੁਲਾਜ਼ਮ ਜਿਹੜੇ ਤੈਨਾਤ ਕੀਤੇ ਗਏ? ਦੇਖੋ ਜੀ, ਪੁਲਿਸ ਸਟੇਸ਼ਨ ਦੇ ਵਿੱਚ ਇੱਕ ਚੈਟਬੋਟ ਜਿਹੜਾ ਸਾਡਾ ਐਂਟੀ ਡੈਸਕ ਬਣਿਆ, ਐਂਟੀ ਨਾਰਕੋਟਿਕ ਡੈਸਕ, ਜਿੱਥੇ ਹੈਲਪਲਾਈਨ ਹੈ ਉੱਥੇ ਇਨਫੋਰਮੇਸ਼ਨ ਆਏਗੀ। ਇੱਕ ਸਾਡੇ ਲਾਅ ਆਫੀਸਰਸ ਵਾਸਤੇ ਇੱਕ ਲੈਬ ਬਣੀ ਹੈ, ਉਹ ਉੱਥੇ ਬਹਿ ਕੇ ਆਪਣਾ ਜਿਹੜਾ ਕੰਮ ਬਣਦਾ ਕਰਨਗੇ। ਇਸੇ ਤਰ੍ਹਾਂ ਤਫਤੀਸ਼ੀ ਰੂਮ ਹੈ, ਇੱਦਾਂ ਦਾ ਤਫਤੀਸ਼ੀ ਰੂਮ ਸ਼ਾਇਦ ਕਿਸੇ ਪੁਲਿਸ ਸਟੇਸ਼ਨ 'ਚ ਨਹੀਂ ਹੈਗਾ, ਇਹ ਆਪਣੇ ਆਪ ਦਾ ਪਹਿਲਾ ਤਫਤੀਸ਼ੀ ਰੂਮ ਹੈ, ਇਹ ਬਣਾਇਆ ਗਿਆ। ਅਤੇ ਇੱਥੇ ਜਿਹੜੀ ਹੈ ਉਹ ਕੇਸ ਰਜਿਸਟਰ ਹੁੰਦੇ ਆ ਸਾਡੇ ਕੋਲ ਸਾਰੇ ਪੰਜਾਬ ਦੇ ਨਾਰਕੋਟਿਕਸ ਦੇ, ਅਤੇ ਉਹਨਾਂ ਨੂੰ ਫਿਰ ਅਸੀਂ ਕੇਸ ਰਜਿਸਟਰ ਹੋਣ ਤੋਂ ਬਾਅਦ ਉੱਤੇ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ, ਪ੍ਰੋਪਰ ਜੋ ਬਣਦੀ ਹੈ ਐਜ਼ ਪਰ ਲਾਅ, ਫਿਰ ਉਹਨੂੰ ਅਸੀਂ ਲੋਜੀਕਲ ਐਂਡ ਤੱਕ ਪਹੁੰਚਾਉਂਦੇ ਹਾਂ ਕੋਰਟ ਦੇ ਵਿੱਚ, ਪਹੁੰਚਾ ਕੇ ਤੁਹਾਨੂੰ ਵੱਧ ਤੋਂ ਵੱਧ ਸਜ਼ਾ ਦਵਾਉਣ ਦੀ ਕੋਸ਼ਿਸ਼ ਕਰਦੇ ਹਾਂ। ਸਰ, ਅਖੀਰ ਦੇ ਵਿੱਚ ਇੱਕ ਸਵਾਲ ਬਸ, ਪਹਿਲੇ ਇਸਦਾ ਨਾਮ STF ਰੱਖਿਆ ਗਿਆ ਸੀਗਾ, ਸਪੈਸ਼ਲ ਟਾਸਕ ਫੋਰਸ, ਅਤੇ ਹੁਣ ਐਂਟੀ ਨਾਰਕੋਟਿਕਸ ਟਾਸਕ ਫੋਰਸ ਰੱਖਿਆ ਗਿਆ, ਇਸ ਦੇ ਵਿੱਚ ਫਰਕ ਕੀ ਦੇਖਦੇ ਹੋ, ਕੀ 'ਚ ਫਰਕ ਆਇਆ? ਦੇਖੋ, ਇਹਦੇ ਵਿੱਚ ਆਪਣੇ ਆਪ 'ਚ ਨਾਂ ਦੇ ਵਿੱਚ ਆ ਗਿਆ, ਨਾਰਕੋਟਿਕ ਵਰਡ ਆ ਗਿਆ ਨਾ, ਨਾਰਕੋਟਿਕ ਦੇ ਖਿਲਾਫ਼ ਜਿਹੜੀ ਹੈ ਜੰਗ ਹੈ ਉਹ ਅਸੀਂ ਕਰਨੀ ਹੈ, ਦੈਟ ਇਜ਼ ਐਂਟੀ ਨਾਰਕੋਟਿਕ ਟਾਸਕ ਫੋਰਸ। ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਦੇ ਲਈ ਇਹ ਪੂਰੀ ਮੁਹਿੰਮ ਜਿਹੜੀ ਹੈ ਛੇੜੀ ਗਈ? ਬਿਲਕੁਲ ਜੀ, ਬਿਲਕੁਲ। ਧੰਨਵਾਦ ਜੀ, HP ਸਿੰਘ ਜੀ, ਤਾਂ ਪੂਰੀ ਜਾਣਕਾਰੀ ਇਹਨਾਂ ਨੇ ਸਾਂਝੀ ਕੀਤੀ ਹੈ ਵੀ ਕਿਸ ਤਰੀਕੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਜਿਹੜੀ ਹੈ ਇਸ ਜਗ੍ਹਾ ਦੇ ਰਾਹੋਂ ਤੋਂ ਜਿਹੜੀ ਹੈ ਕੰਮ ਕਰੇਗੀ। ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇੱਕ ਵਾਰੀ ਜਾਂਦੇ ਜਾਂਦੇ ਫਿਰ ਤੋਂ, ਤਾਂ ਕਿਸ ਤਰੀਕੇ ਜਿਹੜਾ ਵਟਸਐਪ ਚੈਟਬੋਰਡ ਨੰਬਰ ਜਾਰੀ ਕੀਤਾ ਗਿਆ, ਤਾਂ ਉਸ ਬਾਰੇ ਵੀ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ। ਤਾਂ ਇਸ ਦੇ ਵਿੱਚ ਸੇਫ ਪੰਜਾਬ ਐਂਟੀ ਡਰੱਗ ਹੈਲਪਲਾਈਨ ਨਸ਼ੇ ਦੇ ਖਿਲਾਫ ਸੰਘਰਸ਼ ਵਿੱਚ
ਲੋਕਾਂ ਦਾ ਸਾਥ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਮੰਗਿਆ ਗਿਆ ਤਾਂ ਇਸ ਦੇ ਲਈ ਇੱਕ ਵਟਸਐਪ ਚੈਟਬੋਟ ਨੰਬਰ ਜਿਹੜਾ ਹੈ ਜਾਰੀ ਕੀਤਾ ਗਿਆ, ਤੁਸੀਂ ਦੇਖ ਸਕਦੇ ਹੋ 97-791-00-200। ਨਸ਼ਿਆਂ ਦੇ ਖਿਲਾਫ ਸੰਘਰਸ਼ ਵਿੱਚ ਹੀਰੋ ਬਣੋ, ਕੀ ਤੁਸੀਂ ਕਰ ਸਕਦੇ ਹੋ, ਅਤੇ ਇਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਕਿਸ ਤਰੀਕੇ ਇਹ ਕੰਮ ਕਰੇਗਾ। ਤਾਂ ਨਸ਼ੇ ਦੇ ਆਦੀ ਲਈ ਕਿਸੇ ਵੀ ਮਦਦ ਲਈ ਸੰਪਰਕ ਤੁਸੀਂ ਇਸ ਚੈਟਬੋਟ 'ਤੇ ਮੈਸੇਜ ਰਾਹੀਂ ਕਰ ਸਕਦੇ ਹੋ। ਡਰੱਗ ਓਵਰਡੋਜ਼ ਨਾਲ ਹੋਈ ਮੌਤ ਬਾਰੇ ਤੁਸੀਂ ਸੂਚਨਾ ਦੇ ਸਕਦੇ ਹੋ। ਅਗਰ ਕਿਸੇ ਨੂੰ ਡਰੱਗ ਓਵਰਡੋਜ਼ ਨਾਲ ਮੌਤ ਹੋ ਜਾਂਦੀ ਹੈ, ਕੋਈ ਸੂਚਨਾ ਮਿਲ ਜਾਂਦੀ ਹੈ, ਤਾਂ ਤੁਹਾਡੇ ਨੇੜੇ ਤੇੜੇ ਕੋਈ ਜਿਹੜਾ ਹੈ ਨਸ਼ਾ ਜਿਹੜਾ ਹੈ ਕਰਦਾ ਹੈ, ਤਾਂ ਉਸਦੀ ਜਾਣਕਾਰੀ ਤੁਸੀਂ ਇਸ ਵਟਸਐਪ ਨੰਬਰ 'ਤੇ ਜਾਰੀ ਕਰ ਸਕਦੇ ਹੋ। ਤਾਂ ਇਸ ਦੇ ਨਾਲ ਹੀ ਨਸ਼ਾ ਛੱਡਣ ਦੀ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਤੁਸੀਂ ਇਸ ਨੰਬਰ 'ਤੇ ਸਾਂਝੀ ਕਰ ਸਕਦੇ ਹੋ ਵੀ ਅਗਰ ਤੁਸੀਂ ਕੋਈ ਵੀ ਨਸ਼ਾ ਤਸਕਰ ਜਿਹੜਾ ਹੈਗਾ ਜਾਂ ਨਸ਼ਾ ਕਰਦਾ ਹੈ, ਨਸ਼ੇ ਦੇ ਦਲਦਲ ਦੇ ਵਿੱਚ ਡੁੱਬਿਆ ਹੋਇਆ, ਉਹ ਵੀ ਇਸ ਨੰਬਰ 'ਤੇ ਰਾਹੀਂ ਆਪਣੀ ਜਾਣਕਾਰੀ ਦੇ ਸਕਦਾ ਕਿ ਮੈਂ ਨਸ਼ਾ ਛੱਡਣਾ ਚਾਹੁੰਦਾ ਜਾਂ ਮੈਂ ਨਸ਼ੇ ਦਾ ਕਾਰੋਬਾਰ ਛੱਡਣਾ ਚਾਹੁੰਦਾ। ਤਾਂ ਇਸ ਦੇ ਲਈ ਤੁਹਾਡੀ ਜਿਹੜੀ ਪਹਿਚਾਣ ਹੈ ਉਹ ਵੀ ਜਿਹੜੀ ਹੈ ਗੁਪਤ ਰੱਖੀ ਜਾਏਗੀ। ਤਾਂ ਦੱਸ ਦਈਏ ਕਿ ਨਜ਼ਦੀਕੀ OO80 ਕਲੀਨਿਕ ਬਾਰੇ ਜਾਣਨ ਲਈ ਵੀ ਤੁਸੀਂ ਇਸ ਸੰਬੰਧੀ ਸ਼ਿਕਾਇਤ ਕਰਨ ਲਈ ਸੰਪਰਕ ਕਰ ਸਕਦੇ ਹੋ। ਆਪਣੇ ਇਲਾਕੇ ਵਿੱਚ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਚਲਾਉਣ ਦੇ ਲਈ ਤੁਸੀਂ ਇਸ ਨੰਬਰ 'ਤੇ ਜਿਹੜੀ ਹੈ ਜਾਣਕਾਰੀ ਸਾਂਝੀ ਕਰ ਸਕਦੇ ਹੋ। ਤਾਂ ਡਰੱਗ ਤਸਕਰਾਂ ਬਾਰੇ ਜਿਹੜੀ ਹੈ ਜਾਣਕਾਰੀ ਤੁਸੀਂ ਇਸ ਬਾਰੇ ਸਾਂਝੀ ਕਰ ਸਕਦੇ ਹੋ। ਤਾਂ ਇਸ ਦੇ ਨਾਲ ਨਾਲ ਕਿਸੇ ਸਰਕਾਰੀ ਮੁਲਾਜ਼ਮ ਦੀ ਨਸ਼ਾ ਤਸਕਰ ਨਾਲ ਮਿਲੀ ਭੁਗਤ ਬਾਰੇ ਵੀ ਤੁਸੀਂ ਜਿਹੜੀ ਹੈ ਸ਼ਿਕਾਇਤ ਇੱਕ ਤਰ੍ਹਾਂ ਦੀ ਵਟਸਐਪ ਨੰਬਰ 'ਤੇ ਜਾਣਕਾਰੀ ਜਿਹੜੀ ਹੈ ਦੇ ਸਕਦੇ ਹੋ। ਤਾਂ ਕਿਸੇ ਵੀ ਗੈਰ ਕਾਨੂੰਨੀ ਮੈਡੀਕਲ ਸਟੋਰ ਅਤੇ ਫੈਕਟਰੀਆਂ ਬਾਰੇ ਵੀ ਤੁਸੀਂ ਜਾਣਕਾਰੀ ਦੇ ਸਕਦੇ ਹੋ। ਤਾਂ ਤਮਾਮ ਇਸ ਵਟਸਐਪ ਨੰਬਰ 'ਤੇ ਤੁਸੀਂ ਜਾਣਕਾਰੀਆਂ ਸਾਂਝੀ ਕਰ ਸਕਦੇ ਹੋ ਤਾਂ ਕਿ ਪੰਜਾਬ ਦੇ ਵਿੱਚ ਨਸ਼ੇ 'ਤੇ ਲਗਾਮ ਲਗਾਈ ਜਾ ਸਕੇ ਅਤੇ ਪੰਜਾਬ ਦੇ ਵਿੱਚ ਨਸ਼ੇ ਨੂੰ ਜੜੋਂ ਖਤਮ ਕੀਤਾ ਜਾਵੇਗਾ। ਤਾਂ ਇਸ ਦੇ ਵਿੱਚ ਐਂਟੀ ਨਾਰਕੋਟਿਕ ਟਾਸਕ ਫੋਰਸ ਦਾ ਗਠਨ ਕੀਤਾ ਗਿਆ। ਤਾਂ ਵੱਡੇ ਪੱਧਰ ਦੇ ਉੱਤੇ ਮੁਲਾਜ਼ਮ ਇੱਥੇ ਮੌਜੂਦ ਨੇ, ਤਾਂ ਸਾਰੀਆਂ ਸੁੱਖ ਸੁਵਿਧਾਵਾਂ ਜਿਹੜੀਆਂ ਇੱਥੇ ਮੌਜੂਦ ਨੇ। ਤਾਂ ਪਹਿਚਾਣ ਜਿਹੜੀ ਹੈ ਗੁਪਤ ਰੱਖੀ ਜਾਏਗੀ, ਜੋ ਵੀ ਨਸ਼ੇ ਤਸਕਰ ਦੀ ਜਿਹੜੀ ਹੈ ਜਾਣਕਾਰੀ ਅਗਰ ਸਾਂਝੀ ਕਰਦਾ। ਤਾਂ ਲਗਾਤਾਰ ਪੰਜਾਬ ਸਰਕਾਰ ਨਸ਼ੇ ਨੂੰ ਖਤਮ ਕਰਨ ਦੇ ਲਈ ਵਚਨਬੱਧ ਹੈ, ਤਾਂ ਇਹ ਪੰਜਾਬ ਦਾ ਜਿਹੜਾ ਹੈ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਅਗਲੀ ਜਿਹੜੀ ਇੱਕ ਕਦਮ ਵਧਾਊ ਜਿਹੜਾ ਦੱਸਿਆ ਜਾ ਰਿਹਾ। ਤਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਨਵੀਂ ਬਿਲਡਿੰਗ ਦਾ ਉਦਘਾਟਨ ਸੋਹਾਣਾ ਦੇ ਵਿੱਚ ਕੀਤਾ ਗਿਆ, ਮੋਹਾਲੀ ਦੇ ਵਿੱਚ ਕੀਤਾ ਗਿਆ। ਤਾਂ ਆਪਣੇ ਆਪ ਦੇ ਵਿੱਚ ਇਕਲੌਤਾ ਇਹ ਐਂਟੀ ਟਾਸਕ ਫੋਰਸ ਦਾ ਜਿਹੜਾ ਹੈ ਬਿਲਡਿੰਗ ਹੈ, ਥਾਣਾ ਹੈ। ਤਾਂ ਇਸ ਦੇ ਵਿੱਚ ਹੁਣ ਨਸ਼ਾ ਤਸਕਰਾਂ ਦੀ ਧਰਪਕੜ ਤੇਜ਼ ਕੀਤੀ ਜਾਵੇਗੀ। ਵੀਡੀਓ ਜਰਨਲਿਸਟ ਹਰਿੰਦਰ ਦੇ ਨਾਲ ਵਿਜੇ ਵੋਰਾ, ਫੈਕਟ ਨਿਊਜ਼, ਮੋਹਾਲੀ।